ਪ੍ਰਸ਼ਾਸਨ ਜਿਹੜੇ ਰੈਸਟ੍ਰਿਕਸ਼ਨਸ ਲਗਾਈਆਂ ਹੁੰਦੀਆਂ ਉਹਨਾਂ ਨੂੰ ਘਟਾ ਦਿੱਤਾ ਜਾਂਦਾ ਤਾਂ ਲੋਕ ਆ ਮਾਰਕੀਟਸ ਤੇ ਜਾਣਾ ਸ਼ੁਰੂ ਕਰਦੇ ਹੈ ਰੈਸਟੋਰੈਂਟਸ ਖੁੱਲ ਜਾਂਦੇ ਨੇ ਮਾਲਸ ਖੁੱਲ ਜਾਂਦੀਆਂ ਨੇ ਸਾਡਾ ਤਾਂ ਕੰਮ ਇਸ ਵੀ ਲੈਣਾ ਵਧ ਜਾਂਦਾ ਹੈਗਾ ਪ੍ਰਵਾਹ ਕਰ ਵੀ ਬਹੁਤ ਘਟ ਕਰਦੇ ਆ ਮਾਸਕ ਉਤਾਰ ਦਿੰਦੇ ਆ ਲੋਕ ਸੋਚਦੇ ਆ ਹੈ ਹੀ ਨਹੀਂ ਇਨਫੈਕਸ਼ਨ ਔਰ ਜਿਸ ਤਰ੍ਹਾਂ ਪਹਿਲਾਂ ਫੈਲਿਆ ਸੀ ਜੀ ਕੀ ਕਰੋਨਾ ਹੈ ਕਰੋਨਾ ਹੈ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕਾਮਨ ਜਿੱਥੇ ਕ라우ਡਿਡ ਹੈਗਾ ਆਣਾ ਜਾਣਾ ਲੋਕਾਂ ਦਾ ਉੱਥੇ ਟੈਸਟਿੰਗ ਜ਼ਰੂਰ ਹੋਣੀ ਚਾਹੀਦੀ ਆ ਹਰ 15 ਦਿਨੀ 10 ਦਿਨੀ ਲੋਕਾਂ ਨੂੰ ਉੱਥੇ EMPLOYEES ਨੂੰ ਟੈਸਟ ਕਰਾਉਣਾ ਚਾਹੀਦਾ ਬਲੈਕ ਫੰਗਸ ਦੇ ਲਾਰਜ ਵਾਸਟੇਜ ਟਰੱਕ ਯੂਜ਼ ਹੁੰਦਾ ਹੈ ਉਹ ਆਊਟ ਆਫ ਸਟਾਕ ਹੈਗਾ। ਵੈਕਸੀਨ ਸਾਡੇ ਕੋਲ ਉਨੀ ਨਹੀਂ ਹੁੰਦੀ ਜਿੰਨੀ ਸਾਨੂੰ ਲਾਣੀ। ਮਤਲਬ ਅਪਾਇੰਟਮੈਂਟ स्लots ਖੋਲਦੇ ਆ। ਹਾਫ ਅਨ ਆਰ ਦੇ ਵਿੱਚ ਅਪਾਇੰਟਮੈਂਟ ਸਲots ਬੁੱਕ ਹੋ ਜਾਂਦੇ ਨੇ। ਕਰੋਨਾ ਦੀ ਦੂਜੀ ਲਹਿਰ ਉੱਤੇ ਚੰਡੀਗੜ੍ਹ ਸਿਹਤ ਵਿਭਾਗ ਨੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ। ਪਿਛਲੇ 24 ਘੰਟਿਆਂ ਚੰਡੀਗੜ੍ਹ ਵਿੱਚ 41 ਕੇਸ ਆਏ ਆ ਤੇ ਪੋਜ਼ਿਟਿਵ ਪੋਜ਼ਿਟਿਵਿਟੀ ਰੇਟ ਵੀ ਘਟ ਹੋਇਆ। ਪਰ ਹਜੇ ਵੀ ਸੰਕਟ ਟਲਿਆ ਨਹੀਂ ਹੈ। ਸਾਡੇ ਨਾਲ ਮੌਜੂਦ ਨੇ ਡਾਇਰੈਕਟਰ ਹੈਲਥ ਸਰਵਿਸਿਜ਼ ਡਾਕਟਰ ਅਮਨਦੀਪ ਕੌਰ ਕੰਗ ਜੀ ਉਹਨਾਂ ਤੋਂ ਜਾਣਦੇ ਆ। ਕਿਹੜੇ ਕਿਹੜੇ ਚੈਲੰਜਸ ਹਜੇ ਪਏ ਨੇ ਕਿਹੜੇ ਕਿਹੜੇ ਸੰਕਟ ਜਾਂ ਕਿਹੜੇ ਕਿਵੇਂ ਕਿਵੇਂ ਕਰੋਨਾ ਦੀ 3ਵਾਂ ਵੇਵ ਨੂੰ ਰੋਕਣਾ ਹੈ ਚੰਡੀਗੜ੍ਹ ਵਿੱਚ ਮੈਮ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਨਿਯਮ ਥੋੜੇ ਜੇ ਸਖਤੀ ਹਟਾਈ ਹੈ ਤੇ ਲੋਕਾਂ ਨੂੰ ਆਉਣ ਜਾਣ ਵਾਸਤੇ ਰਾਹਤ ਮਿਲੀ ਹੈ ਪਰ ਥੋੜੇ ਅਕੋਰਡਿੰਗ ਕੀ ਕੀ ਚੈਲੰਜਸ ਤੁਸੀਂ ਕਰ ਫੇਸ ਕਰ ਰਹੇ ਹੋ ਆਨਲ ਸਮਝਾਓ ਨੀ ਸਾੜਾ ਤਾਂ ਕਮ ਇਸ ਵੀ ਲਈ ਨਾ ਵੱਧ ਜਾਂਦਾ ਹੈਗਾ ਕਿਉਂਕਿ ਜਦੋਂ ਪੋਜ਼ਿਟਿਵਿਟੀ ਰੇਟ ਘਟ ਜਾਂਦਾ ਹੈ ਤਾਂ ਪ੍ਰਸ਼ਾਸਨ ਜਿਹੜੇ ਰੈਸਟ੍ਰਿਕਸ਼ਨਸ ਲਗਾਈਆਂ ਹੁੰਦੀਆਂ ਉਹਨਾਂ ਨੂੰ ਘਟਾ ਦਿੱਤਾ ਜਾਂਦਾ ਹੈ ਤਾਂ ਲੋਕ ਮਾਰਕੀਟਸ ਤੇ ਜਾਣਾ ਸ਼ੁਰੂ ਕਰਦੇ ਨੇ ਰੈਸਟੋਰੈਂਟਸ ਖੁੱਲ ਜਾਂਦੇ ਨੇ ਮਾਲਸ ਖੁੱਲ ਜਾਂਦੀਆਂ ਨੇ ਔਰ ਲੋਕਾਂ ਚ ਵੀ ਨਾ ਲੋਕ ਇਹ ਸੋਚਦੇ ਆ ਕਿ ਹੁਣ ਜਿਵੇਂ ਪੋਜ਼ਿਟਿਵ ਘਟ ਗਏ ਨੇ ਤਾਂ ਸੇਫ ਹੋ ਗਈ ਐਨਵਾਇਰਨਮੈਂਟ ਪਰ ਇਸ ਤਰ੍ਹਾਂ ਨਹੀਂ ਹੁੰਦਾ ਜਿੰਨੀ ਦੇਰ ਤੱਕ ਕਮਿਊਨਿਟੀ ਦੇ ਵਿੱਚ ਇੱਕ ਵੀ ਪੋਜ਼ਿਟਿਵ ਆ ਰਿਹਾ ਹੈਗਾ ਤਾਂ देयर इज अ पॉजिटिव पेशेंट हु कैन स्प्रेड ਜਾਂ सुपर स्प्रेडर ਬਣ ਸਕਦੇ। ਤੋਂ ਉੱਥੇ ਵੀ ਸਾਡਾ ਕੰਮ ਬਹੁਤ ਵੱਧ ਜਾਂਦਾ ਹੈ ਕਿ ਟੈਸਟਿੰਗ ਟਰੈਕਿੰਗ ਹੁਣ ਇਹਨੂੰ ਕੰਟਰੋਲ ਕਰਨ ਦਾ ਤਾਂ ਇੱਕੋ ਹੀ ਤਰੀਕਾ ਰਹਿੰਦਾ ਹੈ ਕਿ ਟੈਸਟਿੰਗ ਟਰੈਕਿੰਗ ਔਰ ਆਈਸੋਲੇਸ਼ਨ ਕਰੋ। ਤੋਂ ਫਿਰ ਸਾਡਾ ਪੋਜ਼ਿਟਿਵਿਟੀ ਰੇਟ ਜਦੋਂ ਘਟਿਆ ਹੁੰਦਾ ਲੋਕ ਅੱਗੇ ਵੀ ਨਹੀਂ ਆਉਂਦੇ ਟੈਸਟਿੰਗ ਕਰਾਉਣ। ਤੋਂ ਸਾਨੂੰ ਤਾਂ ਟੈਸਟਿੰਗ ਵਧਾਣੀ ਹੁੰਦੀ ਹੈ। ਤੋਂ ਇਹ ਬਹੁਤ بڑا ਚੈਲੰਜ ਹੁੰਦਾ ਹੈ ਕਿ ਲੋਕੋ ਨੂੰ ਸਤਰਕ ਕਰਨਾ ਕਿ ਨਹੀਂ ਆਓ ਅਭੀ ਵੀ ਟੈਸਟ ਕਰਵਾਓ। so that is a big thing which we have to do ਮੈਮ ਜਿਹੜਾ ਇੱਕ ਨਵੇਂ ਪ੍ਰਕਾਰ ਦਾ ਵੇਰੀਐਂਟ ਦੀ ਵੀ ਗੱਲ ਹੋ ਰਹੀ ਹੈ ਡੈਲਟਾ ਵੇਰੀਐਂਟ ਲੋਕਾਂ ਨੂੰ ਲੋਕਾਂ ਦੇ ਅੰਦਰ ਉਹਨੂੰ ਲੈ ਕੇ ਵੀ ਡਰ ਆ ਰਿਹਾ ਵੀ ਉਹ ਬੜਾ ਡੈਡਲੀ ਹੈ ਕੋਈ ਚੰਡੀਗੜ੍ਹ ਚ ਇਹ ਜਾ ਕੇਸ ਹੈ ਡੈਲਟਾ ਵੇਰੀਐਂਟ ਕੋਈ ਆਪਾਂ ਸੈਂਪਲ ਕਲੈਕਟ ਕੀਤੇ ਨਹੀਂ ਇਸ ਦੇ ਉੱਤੇ ਸੈਂਪਲ ਅਸੀਂ ਭੇਜੇ ਹੋਏ ਆ ਐਨਸੀਡੀਸੀ ਨੂੰ ਉਹਦੀ ਰਿਪੋਰਟ ਆਉਣ ਵਾਲੀ ਹੈ ਪਰ ਵੇਰੀਐਂਟਸ ਇਸ ਤਰ੍ਹਾਂ ਕਿ ਜੇ ਦੇਸ਼ 'ਚ ਕਿਤੇ ਵੀ ਵੇਰੀਐਂਟ ਹੋਰ ਕਿਤੇ ਰਿਪੋਰਟ ਹੋ ਰਿਹਾ ਤਾਂ ਉਹ ਹਰ ਜਗ੍ਹਾ ਫੈਲਦਾ ਹੀ ਫੈਲਦਾ ਹੈ ਪੂਰੇ ਕੰਟਰੀ ਚ ਕਿਉਂਕਿ ਰੈਸਟ੍ਰਿਕਸ਼ਨ ਜਦ ਉੱਠ ਜਾਂਦੀਆਂ ਬਾਇਰ ਟਰੈਵਲ ਕਰਦੇ ਆ ਲੋਕ ਇੱਕ ਸਟੇਟ ਤੋਂ ਦੂਸਰੀ ਸਟੇਟ ਜਾਂਦੇ ਆ ਤਾਂ ਉਸ ਦਾ ਰਿਸਕ ਚੰਡੀਗੜ੍ਹ ਚ ਹੋਣ ਦਾ ਵੀ ਵੱਧ ਜਾਂਦਾ ਹੈ ਤੋ ਪ੍ਰੀਵੈਂਸ਼ਨ ਤੋਂ ਇਹ ਹੈ ਕਿ ਲੋਗਾ ਨੇ ਆਪਣੇ ਜੋ ਅਸੀਂ ਇhtiyat ਕੋਵਿਡ ਇਨਫੈਕਸ਼ਨ ਨੂੰ ਘਟਾਉਣ ਵਾਸਤੇ ਆਪਾਂ ਯੂਜ਼ ਕਰ ਰਹੇ ਆ ਮਾਸਕ ਲਗਾਣਾ ਦੂਰੀ ਬਣਾਣਾ ਕਿਸੇ ਨਾਲ ਵੀ ਜ਼ਿਆਦਾ ਦੇਰ ਇੰਟਰੈਕਟ ਨਾ ਕਰਨਾ ਇਹ ਵਰਕਪਲੇਸ ਸੇਫਟੀ ਮਾਰਕੀਟਸ ਚ ਸ਼ਾਪਸ ਚ ਸੇਫਟੀ ਓਵਰਕਰਾਊਡਿੰਗ ਨਾ ਕਰਨੀ ਔਰ ਟੈਸਟਿੰਗ এমਪਲੋਇਜ਼ ਮਾਰਕੀਟ ਦੇ ਜਿਹੜੇ এমਪਲੋਇਜ਼ ਆ ਦੇ ਸ਼ੁੱਡ ਬੀ ਟੈਸਟਡ ਕੋ ਰੈਸਟੋਰੈਂਟਸ ਹੋਟਲਸ ਜਿਹੜੀ ਵੀ ਇੰਡਸਟਰੀ ਚ ਲੋਕ ਕੰਮ ਕਰ ਰਹੇ ਆ ਆਫਿਸਿਸ ਚ ਕੰਮ ਕਰ ਰਹੇ ਆ ਕਾਮਨ ਜਿੱਥੇ ਕਰਾਊડેਡ ਹੈਗਾ ਆਣਾ ਜਾਣਾ ਲੋਕਾਂ ਦਾ ਉੱਥੇ ਟੈਸਟਿੰਗ ਜ਼ਰੂਰ ਹੋਣੀ ਚਾਹੀਦੀ ਆ ਹਰ 15 ਦਿਨੀ 10 ਦਿਨੀ ਲੋਕਾਂ ਨੂੰ ਉੱਥੇ এমਪਲੋਇਜ਼ ਨੂੰ ਟੈਸਟ ਕਰਾਉਣਾ ਚਾਹੀਦਾ ਥੈਟ ਉਹ ਇੱਕ ਤਰੀਕਾ ਹੈਗਾ ਇਨਫੈਕਸ਼ਨ ਘਟਾਉਣ ਦਾ ਔਰ ਮਿਊਟੇਸ਼ਨਸ ਜੋ ਹੈ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਕਿਉਂਕਿ ਮਿਊਟੇਸ਼ਨਸ ਆਈਆਂ ਹੈ ਔਰ ਬੜੀਆਂ ਖਤਰਨਾਕ ਸਾਬਤ ਹੋਈ ਹੈ ਤੋ ਬਚਨ ਦਾ ਤਾਂ ਇੱਕੋ ਹੀ ਤਰੀਕਾ ਹੈ ਕਿ ਵੈਕਸੀਨੇਸ਼ਨ ਕਰਵਾਓ ਔਰ ਮਾਸਕ ਲਗਾ ਕੇ ਰੱਖੋ ਤੇ ਮੈਮ ਇਹ ਜਿਹੜੀ ਰੈਸਟ੍ਰਿਕਸ਼ਨ ਚਲੀਨਸੀ ਆਈ ਹੈ ਤੁਹਾਨੂੰ ਕਿਹਾ ਕਿ ਕਿੰਨੇ ਤ ਇਹ ਥੋੜੇ ਟਾਈਮ ਪੀਰੀਅਡ ਤੱਕ ਹੀ ਰਹਿਣਾ ਚਾਹੀਦਾ ਤੇ ਫਿਰ ਤੋਂ ਜਿਹੜੇ ਜਿਹੜੇ ਹਾਰਡ ਰੈਸਟ੍ਰਿਕਸ਼ਨਸ ਆ ਉਹ ਇੰਪੋਜ਼ ਕਰਨੇ ਚਾਹੀਦੇ ਆ ਕਿ ਹਜੇ ਕੰਟੀਨਿਊਸ਼ਨ ਕਰਦੇ ਰਹਿਣ ਚਾਹੀਦੇ ਆ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਵੀ ਰੈਸਟ੍ਰਿਕਸ਼ਨਸ ਘਟਦੀਆਂ ਆ ਉਦੋਂ ਘਟਾਈਆਂ ਜਾਂਦੀਆਂ ਜਦੋਂ ਪੋਜ਼ਿਟਿਵਿਟੀ ਰੇਟ ਬਹੁਤ ਘਟ ਜਾਂਦਾ ਹੈ ਔਰ ਇਸ ਜਦੋਂ ਰੈਸਟ੍ਰਿਕਸ਼ਨ ਘਟਾਉਂਦੇ ਆ ਤਾਂ ਲੋਕਾਂ ਦਾ ਬਿਹੇਵੀਅਰ ਮਤਲਬ ਆਣਾ ਜਾਣਾ ਹਰ ਵੱਧ ਜਾਂਦਾ ਜਿਹੜਾ ਇਸ ਰਵਾਕਟ ਕਰਦੇ ਆ ਲੋਕ ਇਸ ਟਾਈਮ ਤੇ ਪ੍ਰਵਾਹ ਕਰ ਵੀ ਬਹੁਤ ਘਟ ਕਰਦੇ ਆ ਮਾਸਕ ਉਤਾਰ ਦਿੰਦੇ ਆ ਲੋਕ ਸੋਚਦੇ ਆ ਹੈ ਹੀ ਨਹੀਂ ਇਨਫੈਕਸ਼ਨ ਔਰ ਜਿਸ ਤਰ੍ਹਾਂ ਪਹਿਲਾਂ ਫੈਲਿਆ ਸੀ ਜੀ ਕੀ ਕਰੋਨਾ ਕਰੋਨਾ ਹੈ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜਦੋਂ ਪੋਜ਼ਿਟਿਵਿਟੀ ਰੇਟ 5% ਤੋਂ ਵੀ ਨੀਚੇ ਆ ਜਾਂਦਾ ਫਿਰ ਉਹਨੂੰ ਇੱਕ ਥ੍ਰੈਸ਼ਹੋਲਡ ਤੇ ਪਹੁੰਚਣ ਲਈ ਡੇਢ ਕੁ ਮਹੀਨਾ ਲੱਗ ਜਾਂਦਾ ਇਨਫੈਕਸ਼ਨ ਹੁੰਦੀ ਹੈ ਵਧ ਰਹੀ ਹੁੰਦੀ ਹੈ ਪਰ ਉਹ ਐਨੀ ਨਹੀਂ ਫੈਲੀ ਹੁੰਦੀ ਕਿ ਔਰ ਫਿਰ ਜਿਹੜਾ ਹੁੰਦਾ ਨਾ ਐਕਸਪਲੋਜ਼ਨ ਹੁੰਦਾ ਹੈ ਇੱਕ ਥ੍ਰੈਸ਼ਹੋਲਡ ਹੁੰਦਾ ਜਿਸ ਤੋਂ ਬਾਅਦ ਜਾ ਕੇ ਐਕਸਪਲੋਡ ਕਰਦਾ ਉਹ ਤਾਂ ਉਹ ਡੇਢ ਕਿ ਮਹੀਨਾ ਪੀਰੀਅਡ ਹੁੰਦਾ ਲੋਕ ਸੋਚਦੇ ਆ ਕਿ ਹੈ ਨਹੀਂ ਹੈ ਨਹੀਂ ਜਦੋਂ ਕਿ ਹੈਲਥ professionals ਨੂੰ ਪੁੱਛੋਗੇ ਉਹ ਕਹਿਣਗੇ ਕਿ ਬਿਲਕੁਲ ਇਨਫੈਕਸ਼ਨ ਜਦੋਂ ਤੱਕ ਇੱਕ ਵੀ ਕੇਸ ਪੋਜ਼ਿਟਿਵ ਆ ਰਿਹਾ ਉਦੋਂ ਤੱਕ ਸਾਡੀ ਕਮਿਊਨਿਟੀਜ਼ ਇਨਫੈਕਸ਼ਨ ਹੈ ਜੀ ਲੋਕ ਆਪਣਾ ਬਿਹੇਵੀਅਰ ਚੇਂਜ ਨਹੀਂ ਕਰਨਗੇ ਮਚੀਨਸ ਕਰ ਦੇਣਗੇ ਬੇਪਰਵਾਹ ਹੋ ਜਾਣਗੇ ਮਾਸਕ ਨਹੀਂ ਲਗਾਣਗੇ ਗੈਦਰਿੰਗਸ ਕਰਨਗੇ ਪਾਰਟੀਆਂ ਕਰਨਗੇ ਤਾਂ ਫਿਰ ਤੋਂ ਇਨਫੈਕਸ਼ਨ 1.5 ਮਹੀਨੇ ਬਾਅਦ ਫਿਰ ਤੋਂ ਐਕਸਪਲੋਡ ਐਕਸਪਲੋਜਨ ਵਾਲ ਨੂੰ ਇੱਕਦਮ ਫਿਰ ਵਾਪਸ ਸਰਜ ਜੀ ਨੂੰ ਕਹਿੰਨੇ ਆ ਤਾਂ ਉਹ 1.5 ਮਹੀਨੇ ਦੇ ਵਿੱਚ ਲੋਕ ਸੋਚਦੇ ਹੈ ਨਹੀਂ ਐਸਾ ਨਹੀਂ ਹੈ ਟੂ ਆਈ ਵਾਂਟ ਟੂ ਟੈਲ ਪੀਪਲ ਕਿ ਆਪਣੇ ਤੁਸੀਂ ਅੱਜ ਦੀ ਡੇਟ ਤੇ ਜੇ ਕੋਵਿਡ ਪੋਜ਼ਿਟਿਵਿਟੀ ਰੇਟ ਘਟਿਆ ਤਾਂ ਮਾਸਕ ਪਾ ਕੇ ਰੱਖੋ ਇੱਕ ਮਾਸਕ ਪਾਣਾ ਹੀ ਨਾ ਹਰ ਦਾ ਮਾਸਕ ਜਿਵੇਂ ਹੁਣ ਆਪਾਂ ਤੁਸੀਂ ਇੰਟਰਵਿਊ ਲੈ ਰਹੇ ਆਂ ਆਪਾਂ ਦੋ ਹੀ ਜਣੇ ਬੈਠੇ ਆਂ ਤੇ ਪਰ ਆਪਾਂ ਦੋਨਾਂ ਨੇ ਮਾਸਕ ਪਾਇਆ ਹੋਇਆ ਥਿਸ ਇਜ਼ ਏ ਵੇ ਟੂ ਪ੍ਰੋਟੈਕਟ ਯੋਰਸੈਲਫ ਅਸੀਂ ਮੈਂ ਆਫਿਸ ਦੇ ਵਿੱਚ ਕੰਮ ਕਰਦੀ ਆਂ ਚਾਹੇ ਮੈਂ ਇਕੱਲੀ ਵੀ ਬੈਠੀ ਆਂ ਕਿਉਂਕਿ ਆਣਾ ਜਾਣਾ ਹੈ ਆਫਿਸ 'ਚ ਕਿੰਨੇ ਲੋਕ ਮਿਲ ਗਏ ਤਾਂ ਹਮੇਸ਼ਾ ਮਾਸਕ ਪਾ ਕੇ ਰੱਖਦੀ ਆਂ 댓 ਇਜ਼ ਓਨਲੀ ਵੇ ਹਾਲਾਂਕਿ ਮੈਂ ਵੈਕਸੀਨੇਟਿਡ ਆਂ ਦੋਨੋ ਡੋਸੇ ਲੱਗ ਚੁੱਕੀਆਂ ਫਿਰ ਵੀ ਮੈਨੂੰ ਪਤਾ ਐਜ਼ ਅ ਹੈਲਥ ਪ੍ਰੋਫੈਸ਼ਨਲ ਅਸੀਂ ਰੋਜ਼ ਕੇਸ ਦੇਖਦੇ ਆਂ ਸਾਨੂੰ ਇਹ ਵੀ ਪਤਾ ਵੀ ਮਰਟੈਲਿਟੀ ਰੇਟ ਬਹੁਤ ਹੈਗਾ ਐਸਾ ਨਹੀਂ ਐ ਕਿ ਸਾਡੇ ਕੋਲ ਡੈਥਸ ਰਿਪੋਰਟ ਹੁੰਦੀਆਂ ਅਸੀਂ ਰੋਜ਼ ਪੜ੍ਹਦੇ ਆਂ ਯੰਗਸਟਰਜ਼ ਦੀਆਂ ਵੀ ਡੈਥਸ ਹੋਈਆਂ ਮਿਡਲ ਏਜ ਦੀਆਂ ਵੀ ਡੈਥਸ ਹੋਈਆਂ ਐਸਾ ਨਹੀਂ ਐ ਕਿ ਜੀ 70 ਸਾਲ ਤੋਂ ਉੱਪਰ ਲੋਕੀ ਇਫੈਕਟ ਹੁੰਦੇ ਆਂ ਤਾਂ ਇਸ ਕਰਕੇ ਡਰਨਾ ਚਾਹੀਦਾ ਇਸ ਬਿਮਾਰੀ ਤੋਂ ਔਰ ਇਸ ਬਿਮਾਰੀ ਤੋਂ ਬਚਨ ਦਾ ਇਹ ਹੈ ਕਿ ਹਰ ਕੋਈ ਮਾਸਕ ਪਾ ਕੇ ਰੱਖੇ ਔਰ ਟੈਸਟਿੰਗ ਕਰਾਓ ਔਰ ਆਪਣੀ ਕਮਿਊਨਿਟੀ ਨੂੰ ਸੇਫ ਕਰੋ ਹੁਣ ਗੱਲ ਕਰੀਏ ਥਰਡ ਵੇਵ ਦੀ ਜਿਵੇਂ ਹੁਣ ਰੈਸਟ੍ਰਿਕਸ਼ਨ ਤੁਸੀਂ ਕਿਹਾ ਵੀ ਲੋਕ ਪ੍ਰਵਾਹ ਘੱਟ ਕਰਦੇ ਉਹ ਤਾਂ ਥਰਡ ਵੇਵ ਦੀ ਥੋੜੇ ਅਕੋਰਡਿੰਗ ਐਕਸਪਰਟਸ ਦੇ ਅਕੋਰਡਿੰਗ ਕੀ ਐਕਸਪੈਕਟੈਂਸੀ ਲਾਇਕ ਕਦੋਂ ਤੱਕ ਤੁਹਾਨੂੰ ਆ ਸਕਦੀ ਹੈ ਕਿ ਇਸ ਤੋਂ ਵੀ ਜ਼ਿਆਦਾ ਡੈਡਲੀ ਹੋਊਗੀ ਉਹ ਆਮ ਥਰਡ ਵੇਵਸ ਉਦੋਂ ਆਉਂਦੀਆਂ ਹੈਗੀਆਂ ਜਦੋਂ ਲੋਕਾਂ ਦਾ ਬਿਹੇਵੀਅਰ ਅਨਸੇਫ ਹੋ ਜਾਂਦਾ ਹੈ ਹੈਨਾ ਪਲੱਸ ਡਿਪੈਂਡਸ ਅਪਨ ਦ ਇਮਿਊਨਿਟੀ ਐਂਡ ਮਿਊਟੇਸ਼ਨਸ ਹੁਣ ਮਿਊਟੇਸ਼ਨ ਆ ਗਈ ਤਾਂ ਜਿਹੜਾ ਮਿਊਟੈਂਟ ਵਾਇਰਸ ਹੈਗਾ ਉਹਦੇ ਖਿਲਾਫ ਪ੍ਰੀਵੀਅਸ ਇਨਫੈਕਸ਼ਨ ਕਰਕੇ ਸਾਡੇ ਚ ਕਿੰਨੀਆਂ ਐਂਟੀਬਾਡੀਜ਼ ਆ ਜਾਂ ਵੈਕਸੀਨ ਕਰ ਵੈਕਸੀਨੇਸ਼ਨ ਕਰਾਈ ਹੈ ਕਿੰਨੀ ਐਂਟੀਬਾਡੀਜ਼ ਨੇ ਇਹ ਕਹਿਣਾ ਮੁਸ਼ਕਿਲ ਹੈ ਤਾਂ ਇਹਦਾ ਤਾਂ ਇਹ ਬਿਮਾਰੀ ਦਾ ਇੱਕੋ ਜਿਹਾ ਚੀਜ਼ ਹੈ ਕਿ ਸਾਨੂੰ ਕੁਝ 2-3 ਸਾਲ ਨਾ ਮਾਸਕ ਲੋਕਾਂ ਨੂੰ ਲਗਾਣੇ ਪੈਣੇ ਆ ਬੈਟਰ ਹੈ ਕਿ ਆਪਣੇ ਆਪ ਨੂੰ ਮਤ ਇਸ ਜੀ ਨੂੰ ਐਕਸੈਪਟ ਕਰ ਲੋ ਅਡੈਪਟ ਕਰ ਲੋ ਆਪਣਾ ਬਿਹੇਵੀਅਰ ਹਮੇਸ਼ਾ ਜਦੋਂ ਪ੍ਰਲੇ ਆਉਂਦੀਆਂ ਜਾਂ ਕਿਸੇ ਵੀ ਚੀਜ਼ ਦੀਆਂ ਪ੍ਰੋਬਲਮਾਂ ਮਹਾਮਾਰੀ ਆਉਂਦੀਆਂ ਲੋਕਾਂ ਨੂੰ ਆਪਣੀ ਅਡੈਪਟੇਸ਼ਨ ਕਰਨੀ ਪੈਂਦੀ ਹੈ ਹਰ ਚੀਜ਼ ਅਸੀਂ ਗਵਰਨਮੈਂਟ ਨੂੰ ਬਲੇਮ ਨਹੀਂ ਕਰ ਸਕਦੇ ਅਸੀਂ ਖੁਦ ਨੂੰ ਕਿਉਂ ਨਹੀਂ ਬਲੇਮ ਕਰਦੇ ਕਿ ਅਸੀਂ ਮਾਸਕ ਹੀ ਨਹੀਂ ਲਗਾ ਰਹੇ ਜਦੋਂ ਪਤਾ ਹੈ ਕਿ 3 ਸਾਲ ਮਾਸਕ ਲਗਾਣੇ ਪੈਣੇ ਆ ਤਾਂ ਕਿਉਂ ਨਹੀਂ ਲਗਾ ਰਹੇ ਜੋ ਦੋ ਆ ਰਹੇ ਜੋ ਦੋ ਪੋਜ਼ਿਟਿਵਿਟੀ ਘਟਦੀ ਹੈ ਆਈ ਏਮ ਟੈਲਿੰਗ ਯੂ ਇਟ ਟੇਕਸ 2 ਮੰਥਸ ਦੋ ਮਹੀਨੇ ਲੱਗ ਜਾਂਦੇ ਆ ਕਿ ਉਹ ਸਰਜ ਸ਼ੋ ਹੋਣ ਨੂੰ ਜਿਸ ਤਰ੍ਹਾਂ ਦਿਸੰਬਰਸ ਪਿਛਲੇ ਸਾਲ ਅਕਟੋਬਰ ਤੋਂ ਨਵੰਬਰ ਦਿਸੰਬਰ ਚ ਘਟਣੀ ਸ਼ੁਰੂ ਹੋਈ ਫੈਬਰੂਰੀ ਚ ਆ ਕੇ ਬਿਲਕੁਲ ਘਟ ਗਈ ਪਰ ਫਿਰ ਜਦੋਂ ਲੋਕਾਂ ਨੇ ਜਨਵਰੀ ਫਰਵਰੀ ਚ ਕਹਿਣਾ ਸ਼ੁਰੂ ਕਰਤਾ ਕਿ ਜੀ ਹੈ ਹੀ ਨਹੀਂ ਕੋਵਿਡ ਹੈ ਨਹੀਂ ਉਹਦਾ ਰਿਜ਼ਲਟ ਦੇਖਿਆ ਨਾ ਕਿ ਲੋਕ ਬੇਪਰਵਾਹ ਹੋ ਗਏ ਬਹੁਤ ਮਾਸਕ ਕਰਾਊਡਸ ਇਲੈਕਸ਼ਨਸ ਐਂਡ एवरीथिंग इज ਹੈਪਨਿੰਗ ਐਂਡ ਲੋ ਪਾਰਟੀਆਂਸ ਮੈਰਿਜਸ ਸ਼ਾਪਸ ਚ ਜਾ ਰਹੇ ਆ ਲੋਕ ਮਾਲਸ ਚ ਜਾ ਰਹੇ ਆ ਬਿਨਾ ਮਾਸਕ ਤੋਂ ਫਿਰ ਰਹੇ ਹੈਗੇ ਆ ਉਹਦਾ ਰਿਜ਼ਲਟ ਆਪਾਂ ਦੇਖਿਆ ਹੀ ਹੈ ਨਾ ਫਿਰ ਕਿੰਨੀ ਡੈਡਲੀ ਸਾਬਤ ਹੋਈ ਆ ਸਰਜ ਔਰ ਜਿਹੜੇ ਮਿਊਟੈਂਟਸ ਆ ਰਹੇ ਆ ਦੇ ਆਰ ਮੋਰ ਇਨਫੈਕਸ਼ਸ ਮੋਰ ਇਨਫੈਕਸ਼ਸ ਮਤਲਬ ਜਦੋਂ ਐਕਸਪਲੋਜਨ ਹੋਣਾ ਇਕਦਮ ਹੋਣਾ ਤੇ ਹੈਲਥ ਸੇਵਾਵਾਂ ਤੇ ਇੰਨਾ ਕੁ ਬਰਡਨ ਆ ਜਾਂਦਾ ਕਿ ਪੀਸ਼ੈਂਟਸ ਨੂੰ ਬੈੱਡ ਨਹੀਂ ਮਿਲਦੇ ਫਿਰ ਅਸੀਂ ਆਪਾਂ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਬਲੇਮ ਕਰਦੇ ਆ ਅਸੀਂ ਕਿੰਨੇ ਮਰਜੀ ਆਈਸੀਯੂਸ ਬਣਾ ਲਈਏ ਜੇ ਲੋਕ ਆਪਣਾ ਬਿਹੇਵੀਅਰ ਲੋਕ ਬਿਮਾਰੀ ਤੋਂ ਇਸ ਤੋਂ ਡਰਨਗੇ ਨਹੀਂ ਮਾਸਕ ਨਹੀਂ ਲਗਾਣਗੇ ਤਾਂ ਵੀ ਵਿਲ ਆਲਵੇਸ ਫੇਸ ਦਿਸ ਕਾਈਂਡ ਆਫ ਅ ਸਿਚੁਏਸ਼ਨ ਜੋ ਅਸੀਂ ਇਸ ਐਪੀਡੈਮਿਕ ਚ ਫੇਸ ਸੈਕੰਡ ਸਰਜ ਫੇਸ ਕੀਤੀ ਹੈ ਹੁਣ ਗੱਲ ਕਰੀਏ ਬਲੈਕ ਫੰਗਸ ਦੀ ਕਿਆ ਜਾ ਰਿਹਾ ਜਿਹੜਾ ਬਲੈਕ ਫੰਗਸ ਦੇ ਇਲਾਜ ਵਾਸਤੇ ਟਰਗ ਯੂਜ਼ ਹੁੰਦਾ ਹੈ ਉਹ ਆਊਟ ਆਫ ਸਟਾਕ ਹੈਗਾ ਉਹ ਕੀ ਮਸਲਾ ਹੈਗਾ ਕਿ ਉਹ ਕਦੋਂ ਆ ਰਿਹਾ ਕਿੰਨੇ ਬਲੈਕ ਫੰਗਸ ਦੇ ਪੇਸ਼ੈਂਟਸ ਅਜੇ ਹੈਗੇ ਐ ਮਫੋਟੇਰਸਿਨ ਜਿਹੜਾ ਹੈਗਾ ਇਟ ਇਜ਼ ਰੈਗੂਲੇਟਿਡ ਬਾਈ ਗਵਰਨਮੈਂਟ ਆਫ ਇੰਡੀਆ ਔਰ ਗਵਰਨਮੈਂਟ ਹਰ ਸਟੇਟ ਨੂੰ ਇੱਕ ਪੋਰਟਲ ਬਣਾਇਆ ਹੋਇਆ ਜਿਹਦੇ ਉੱਤੇ ਮਿਕੋ ਮਾਈਕੋਸਿਸ ਐਪੀਡੈਮਿਕ ਡਿਕਲੇਅਰ ਹੋ ਚੁੱਕੀ ਹੈ ਡਿਜ਼ੀਜ਼ ਤਾਂ ਨੋਟੀਫਾਇਬਲ ਡਿਜ਼ੀਜ਼ ਹੈ ਉਹਦੇ ਅਸੀਂ ਪੋਰਟਲ ਦੇ ਉੱਤੇ ਪੇਸ਼ੈਂਟਸ ਦੇ ਨਾਮ ਚੜਾਏ ਜਾਂਦੇ ਹਨ ਕਿੰਨੇ ਪੇਸ਼ੈਂਟ ਹਰ ਸਟੇਟ ਚੜਾਉਂਦੀ ਹੈ ਉਹਦੇ ਹਿਸਾਬ ਨਾਲ ਐਲੋਕੇਸ਼ਨ ਹੁੰਦੀ ਹੈ ਕਿ ਹਰ ਕਿਸੇ ਨੂੰ ਮਿਲਦਾ ਰਹੇ ਬਹੁਤ ਮਤਲਬ ਸਾਨੂੰ ਐਲੋਕੇਸ਼ਨ ਡੇ ਟੂ ਡੇ ਵੇਸਤੇ ਵੀ ਆਂਦੀ ਰਹਿੰਦੀ ਹੈ ਕਦੇ ਵੀ ਇੱਕ ਦੋ ਦਿਨ ਆਂਦੇ ਹਨ ਜਦੋਂ ਥੋੜੀ ਡਿਲੇ ਹੋ ਜਾਂਦੀ ਹੈ ਬਟ ਐਟ ది ਸੇਮ ਟਾਈਮ ਗਵਰਨਮੈਂਟ ਇਸ ਸੇਇੰਗ ਕਿ ਅਦਰ ਆਲਟਰਨੇਟਿਵਸ ਨੂੰ ਵੀ ਯੂਜ਼ ਕੀਤਾ ਜਾ ਤੋ देयर आर ड्रग्स लाइक पोसाकोनाज और मतलब ओ चीजਾਂ ਵੀ ਯੂਜ਼ ਕੀਤੀਆਂ ਜਾਣ ਉਹ ਸਾਡੇ ਕੋਲੇ ਆ ਗਏ ਨੇ ਤੇ ਜਿਹੜਾ ਮੇਨ ਡਰਗ ਹੈ ਉਹ ਕਦੋਂ ਤੱਕ ਆ ਜੂਗਾ ਫੋਟੇਰਸਿਨ ਅਲੋਕੇਸ਼ਨ ਹੋਈ ਹੋਈ ਹੈ ਫਰਾਈਡੇ ਈਵਨਿੰਗ ਜਾਂ ਸੈਟਰਡੇ ਮਾਰਨਿੰਗ ਤੱਕ ਪਹੁੰਚ ਜਾਏਗੀ ਚੰਡੀਗੜ੍ਹ ਤੇ ਜਿਹੜਾ ਆਲਟਰਨੇਟ ਡਰਗ ਹੈ ਉਹ ਆ ਗਏ ਜੀ ਆਲਟਰਨੇਟ ਡਰਗਸ ਆਰ इजीली अवेलेबल ਉਹ ਤਾਂ ਮਾਰਕੀਟਸ ਵੈਸੇ ਹੀ अवेलेबल ਹੈਗੇ ਆ ਓਨਲੀ ਐਮਫੋਟੇਰਸਿਨ ਦੀ ਜਿਹੜੀ ਅਲੋਕੇਸ਼ਨਸ ਹੁੰਦੀਆਂ ਸਟੇਟ ਵਾਈਜ਼ regulated by gy black fungus ਦੇ ਜਿਹੜੇ ਕੇਸਸ ਆ ਹੁਣ ਸਿਟੀ ਜਿਵੇਂ ਕਰੋਨਾ ਦੇ ਤਾਂ ਪੋਜ਼ਿਟਿਵਿਟੀ ਰੇਟ ਚ ਘਟ ਘਟ ਆਇਆ ਘਟ ਕੇ ਸਾਰੇ ਆ ਬਲੈਕ ਫੰਗਸ ਦੇ ਕੇਸ ਵੀ ਘਟੇ ਨੇ ਕਿ ਹਜੇ ਕੰਸਿਸਟੈਂਟ ਰੇਟ ਹੀ ਹੋਣਾ ਨਹੀਂ ਉਹ ਵੀ ਘਟਣਾ ਸ਼ੁਰੂ ਹੋ ਗਿਆ ਬਲੈਕ ਫੰਗਸ ਦੇ ਕੇਸਸ ਘਟਨੇ ਸ਼ੁਰੂ ਹੋ ਗਏ ਆ ਬਿਕੋਜ਼ ਜਿਸ ਤਰ੍ਹਾਂ ਇਨਫੈਕਸ਼ਨ ਘਟਦੀ ਹੈ ਤਾਂ ਸੀਰੀਅਸ ਇਨਫੈਕਸ਼ਨ ਜਿਹੜੇ ਪੇਸ਼ੈਂਟਸ ਲੌਂਗ ਤਾਂ ਉਹਦੀ ਵੀ ਤਾਂ ਫਿਰ ਨੰਬਰ ਘਟਦਾ ਜਾਂਦਾ ਹੈ ਨਾ ਤਾਂ देयर इज अ ਡਿਕਰੀਜ਼ ਇਨ ਕੇਸਸ ਜਿਵੇਂ ਕੋਵਿਡ ਦੌਰਾਨ ਪੈਂਡੈਮਿਕ ਦੌਰਾਨ ਜਿਹੜੇ ਰੈਸਟ੍ਰਿਕਸ਼ਨਸ ਲੱਗੀਆਂ ਸੀ ਕਿਉਂਕਿ ਸਾਰਾ ਹੈਲਥ케ਅਰ ਸਿਸਟਮ ਜਾਂ ਸਾਰੀਆਂ ਹੈਲਥ ਸਰਵਿਸਿਜ਼ ਇਹਦੇ ਉੱਤੇ ਹੀ ਫੋਕਸ ਸੀਗੀਆਂ ਸਾਰਿਆਂ ਦੀ એનર્ਜੀ ਤੇ ਜਿਹੜੇ ਬਾਕੀ ਪੇਸ਼ੈਂਟਸ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਆਨਲਾਈਨ ਹਾਲਾਂਕਿ ਮਿਲ ਰਿਹਾ ਸੀ ਪਰ ਉਹਨਾਂ ਨੂੰ ਉਹਨਾਂ ਰੈਲੀਫ ਨਹੀਂ ਮਿਲ ਪਾਰ ਰਿਹਾ ਸੀ ਤਾਂ ਹੁਣ ਜਿਹੜੀ ਆ ਹੌਲੀ ਹੌਲੀ ਪ੍ਰਸ਼ਾਸਨ ਵਿੱਚ ਸੋਚ ਰਿਹਾ ਵੀ ਸਾਰੀ ਆਪੀਡੀਜ਼ ਜਾਂ ਆਈਸੀਯੂ ਸਾਰੇ ਖੋਲੇ ਜਾਣ ਹੋਰ ਮਰੀਜ਼ਾਂ ਵਾਸਤੇ ਵੀ हां बिल्कुल जो तो पॉजिटिविटी रेट ਘਟ ਜਾਂਦਾ ਹੈਗਾ ਤੇ ਸਾਡਾ ਫਰਜ਼ ਬਣਦਾ ਕਿ OPDs ਖੋਲੇ ਜਾਣ OT ਜਿਹੜੀ ਇਲੈਕਟਿਵ ਸਰਜਰੀਜ਼ ਬੰਦ ਕੀਤੀਆਂ ਗਈਆਂ ਉਹ ਰੀਸਟਾਰਟ ਕੀਤੀਆਂ ਜਾਣ ਤਾਂ OPD ਸਾਡੇ ਮੇਨ OPDs ਤਾਂ ਹਮੇਸ਼ਾ ਚੰਡੀਗੜ੍ਹ ਚ 16 ਸੈਕਟਰ ਦੇ ਹਸਪੀਟਲ ਹੋ ਜਿਹੜੇ ਮਨੀ ਮਾਜਰਾ 45 ਜਾਂ 22 ਸੈਕਟਰ ਚ ਹਸਪੀਟਲ ਹੈ ਸਿਵਲ ਡਿਸਪੈਂਸੀ ਸਾਰੀਆਂ ਖੁੱਲੀਆਂ ਰਹਿੰਦੀਆਂ ਔਰ IENT ਜਿਵੇਂ ਬੰਦ ਕੀਤਾ ਗਿਆ ਸੀਗਾ ਉਹ ਸਾਰਾ IENT ਡਿਪਾਰਟਮੈਂਟ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਖੁੱਲ ਜਾਏ ਔਰ ਇਲੈਕਟਿਵ ਸਰਜਰੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਏ ਹੁਣ ਕਦੋਂ ਤੱਕ ਅਪਰੋਕਸੀਮੇਟਲੀ ਕਦੋਂ ਤੱਕ ਸ਼ੁਰੂ ਹੋ ਸਕਦਾ ਤੱਕ ਸਰਜਰੀ ਤਾਂ ਅਸੀਂ ਆਰਡਰਸ ਦੇ ਦਿੱਤੇ ਨੇ ਕਿ ਸ਼ੁਰੂ ਕਰੋ ਦੋ ਮਤਲਬ ਇਹਨੂੰ 20% 40% 50% ਇਸ ਤਰ੍ਹਾਂ ਕਰਕੇ ਇਨਕਰੀਸ ਕਰਦੇ ਜਾਓ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਐਕਚੁਅਲੀ ਕੀ ਹੁੰਦਾ ਕਿ ਇਸ ਕੋਵਿਡ ਸਰਦੇ ਵਿੱਚ ਇੰਨੀ ਕ ਸਰਜ ਸੀ ਕਿ 250 ਬੈਡਸ 16 ਸੈਕਟਰ ਦੇ ਹੀ ਕਨਵਰਟ ਕਰ ਦਿੱਤੇ ਗਏ ਕੋਵਿਡ ਚ ਤਾਂ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਵਾਰਡ ਖਾਲੀ ਹੁੰਦੇ ਜਾ ਰਹੇ ਆ ਸੋ ਵੀ ਆਰ ਮੇਕਿੰਗ ਥੈਮ ਅਗੇਨ ਇੰਟੂ ਨਾਨ ਕੋਵਿਡ ਵਾਰਡਸ ਜਿਸ ਪਰਪਸ ਲਈ ਬਣੇ ਸੀ ਉਹਨਾਂ ਮਰੀਜ਼ਾਂ ਦੇ ਇਲਾਜ ਵਾਸਤੇ ਹੁਣ ਅਸੀਂ ਉਹਨਾਂ ਨੂੰ ਕਨਵਰਟ ਕਰਦੇ ਜਾ ਰਹੇ ਆ ਵਾਪਿਸ ਜਿਵੇਂ ਵੈਂਟੀਲੇਟਰਸ ਦੀ ਗੱਲ ਕਰ ਲਓ ਆਈਸੀਯੂ ਦੀ ਗੱਲ ਕਰ ਲਓ ਬੈਡਸ ਦੀ ਗੱਲ ਕਰੋ ਜਿਵੇਂ ਤੁਸੀਂ ਉਹਨਾਂ 'ਤੇ ਜ਼ਿਕਰ ਕੀਤਾ ਉਹ ਹੁਣ ਆਪਾਂ ਵਧਾ ਦਿੱਤੇ ਆ keeping in my proactive approach ਹੁਣ ਆਪਾਂ ਕਿੰਨੇ ਕੋਈ ਲਿਖਿਆ ਸਰਕਾਰ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਸਾਡੇ ਬੈਡਸ ਵਧਾ ਦਿਓ ਵੈਂਟੀਲੇਟਰਸ ਜਾਂ ਆਈਸੀਯੂ ਮਸ਼ੀਨਸ बिकॉज़ ਯੂ نو ਇਹ ਪ੍ਰੈਪਰੇਸ਼ਨਸ ਤਾਂ ਹਮੇਸ਼ਾ ਚੱਲ ਜਾਂਦੀਆਂ ਕਿਉਂਕਿ ਸੈਕੰਡ ਸਰਜ ਆਈਏ ਤਾਂ ਥਰਡ ਸਰਜ ਨੂੰ ਟੈਕਲ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਜੋ ਸਾਨੂੰ ਘਾਟ ਦਿਖੀ ਇਸ ਵੇਲੇ ਕਿ 100% ਓਕੂਪੈਂਸੀ ਆਈਸੀਯੂ ਬੈਡਸ ਦੀ ਹੋਗੀ ਤੋ ਸੁਨਵਿਧਾਨ ਲਈ ਹਰ ਹਸਪਤਲ ਚੰਡੀਗੜ੍ਹ ਦੇ ਤਿੰਨੋਂ ਹਸਪਤਲਾਂ ਚ ਆਈਸੀਯੂ ਬੈਡਸ ਵਧਾਏ ਜਾ ਰਹੇ ਹਨ ਐਚਡੀਯੂ ਬੈਡਸ ਵਧਾਏ ਜਾ ਰਹੇ ਹਨ ਕਿਉਂਕਿ ਐਚਡੀਯੂ ਬੈਡਸ ਵੀ ਬਹੁਤ ਕੰਮ ਆਉਂਦੇ ਨੇ ਬਾਈਪੈਪ ਮਸ਼ੀਨਾਂ ਲੱਗ ਜਾਂਦੀਆਂ ਨੇ ਆਈਸੀਯੂ ਤੋਂ ਪਹਿਲਾਂ ਐਨਆਈਵੀ ਵੈਂਟੀਲੇਸ਼ਨ ਵਗੈਰਾ ਸਾਰਾ ਕੁਝ ਉੱਤੇ ਕਰ ਕਰ ਸਕਦੇ ਹੋ ਤਾਂ ਐਚਡੀਯੂ ਬੈਡਸ ਵੀ ਵਧਾਏ ਜਾ ਰਹੇ ਨੇ ਲੋਕ ਹੁਣ ਨਾਰਮਲ ਜਿਹੜੇ ਲੋਕ ਕਮਨ ਪੀਪਲ ਆ ਵੈਕਸੀਨ ਲਗਵਾ ਰਹੇ ਆ ਕਿ ਹਜੇ ਵੀ ਰੁਝਾਨ ਤੋਂ ਲੱਗ ਰਿਹਾ ਵੀ ਘੱਟ ਲੋਕ ਵੈਕਸੀਨ ਵੈਕਸੀਨੇਸ਼ਨ ਲਵਾਣ ਆ ਰਹੇ ਆ ਕਿ ਹਜੇ ਵੀ ਥੋੜਾ ਜਿਹਾ ਅਵੇਅਰਨੈਸ ਦੀ ਹੋਰ ਲੋੜ ਹੈ ਲੋਕਾਂ ਵਾਸਤੇ ਨਹੀਂ ਲੋਕ ਤਾਂ ਹੁਣ ਜਿਹੜੇ 18 ਐਂਡ ਅਬਾਫ ਦੇ ਖੁੱਲ੍ਹੀ ਹੈਗੇ ਵੈਕਸੀਨੇਸ਼ਨ ਉਹ ਵੱਧ ਚੜ ਕੇ ਬੱਚੇ ਆ ਰਹੇ ਨੇ ਲਵਾਣ ਐਂਡ ਆਈ ਥਿੰਕ ਦੇ ਆਰ ਇੰਟੈਲੀਜੈਂਟ ਇਨਫ ਬਹੁਤ ਸਮਝਦਾਰ ਨੇ ਵੈਕਸੀਨ ਸਾਡੇ ਕੋਲ ਉਨੀ ਨਹੀਂ ਹੁੰਦੀ ਜਿੰਨੀ ਸਾਨੂੰ ਲਾਣੀ ਮਤਲਬ ਅਪਾਇੰਟਮੈਂਟ ਸਲੋਟਸ ਖੋਲਦੇ ਆ ਹਾਫ ਐਨ ਆਰ ਦੇ ਵਿੱਚ ਅਪਾਇੰਟਮੈਂਟ ਸਲੋਟਸ ਤਾਂ ਬਹੁਤ ਲੋਕ ਇਹਦੇ ਵਿੱਚ ਲਵਾਣ ਨੂੰ ਅਗੇ ਨੇ 18 ਤੋਂ 45 ਦਾ ਜਿਹੜਾ ਖੁੱਲੀ ਹੈਗੀ ਹੈ ਉਹਨ ਵੈਕਸੀਨ ਤਾਂ ਬਹੁਤ ਜਾਗਰੂਕ ਨੇ ਔਰ ਲਵਾਣਾ ਚਾਹੁੰਦੇ ਨੇ ਆਈ ਥਿੰਕ ਬੜੀ ਸੂਝ-ਬੂਝ ਨਾਲ ਕੰਮ ਲੈ ਰਹੇ ਆ ਔਰ ਇਸ ਅਸੀਂ ਐਕਸਪੈਕਟ ਕਰਦੇ ਆ ਕਿ ਜਿਵੇਂ ਸਾਨੂੰ ਵੈਕਸੀਨ ਮਿਲੇ ਅਸੀਂ ਫਟਾਫਟ ਇਸ ਗਰੁੱਪ ਨੂੰ ਲਗਾਈਏ ਵੈਕਸੀਨ ਦੀ मैम ਕਿੰਨੀ ਕਿ ਸ਼ਾਰਟੇਜ ਹੈਗੀ ਹੈਗੀ ਤੇ ਉਹ ਵੀ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਨੇ ਲਿਖਿਆ ਵੈਕਸੀਨ ਵਾਸਤੇ ਵੈਕਸੀਨ ਸ਼ਾਟਸ ਵਾਸਤੇ ਈ ਵੈਕਸੀਨ ਹੋਂਦ ਤੱਕ ਕਾਮਨ ਹੀ ਪੂਲ ਬਣ ਜਾਏਗਾ 21 ਤਰੀਕ ਤੋਂ ਬਾਅਦ 18 ਤੋਂ ਉੱਪਰ ਸਾਰਿਆਂ ਵਾਸਤੇ ਜੀਵਾਈ ਵੱਲੋਂ ਗਵਰਨਮੈਂਟ ਵੱਲੋਂ ਹੀ ਫ੍ਰੀ ਦਿੱਤੀ ਜਾਏਗੀ ਜੋ ਕਿ ਸਟੇਟਸ ਨੇ ਆਪ ਖਰੀਦਣਾ ਐਸਾ ਕੁਝ ਨਹੀਂ ਹੈ ਤਾਂ ਗਵਰਨਮੈਂਟ ਵੱਲੋਂ ਜਿਹੜੀ ਵੀ ਜਿੰਨੀ ਵੀ ਅਲੋਕੇਸ਼ਨ ਹੈ ਐਂਡ ਗਵਰਨਮੈਂਟ ਦੇਖੋ ਗਵਰਨਮੈਂਟ ਆਫ ਇੰਡੀਆ ਵੀ ਚਾਹੁੰਦੀ ਹੈ ਜਿੰਨੀ ਵੀ ਕੋਸ਼ਿਸ਼ ਉਹਨਾਂ ਦੀ ਪੂਰੀ ਰਹਿੰਦੀ ਹੈ ਕਿ ਜਿੰਨਾ ਵੀ ਪ੍ਰੋਕਿਊਰ ਕਰਕੇ ਸਟੇਟਸ ਨੂੰ ਦਿੱਤਾ ਜਾਵੇ ਤਾਂ ਕਿ ਸਟੇਟਸ ਵੀ ਜਲਦ ਤੋਂ ਜਲਦ ਲਗਾਉਣ ਤੇ ਇਸ ਜਿਹੜੀ ਇਸ ਬਿਮਾਰੀ ਤੇ ਕੰਟਰੋਲ ਪਾਇਆ ਜਾ ਸਕੇ ਕਾਲਕਿੱਤੀ ਵੈਕਸੀਨੇਸ਼ਨ ਜਿਹੜੇ ਫਰੰਟਲਾਈਨ ਵਰਕਰਸ ਨੇ ਜਾਂ ਹੈਲਥ케ਅਰ ਸਟਾਫ ਆ ਉਹਨਾਂ ਦੀ ਵੀ ਹਜੇ ਰਹਿੰਦੀ ਹੈ ਵੈਕਸੀਨੇਸ਼ਨ ਪੂਰੀ ਹੋਣੀ ਉਹ ਕਦੋਂ ਤੱਕ ਪੂਰੀ ਹੋ ਜਾਊਗੀ ਨਹੀਂ ਹੈਲਥ케ਅਰ ਵਰਕਰ ਫਰੰਟਲਾਈਨ ਵਰਕਰ ਸਭ ਦੀ ਵੈਕਸੀਨੇਸ਼ਨ ਪੂਰੀ ਹੋ ਚੁੱਕੀ ਹੈ ਹੁਣ ਸੈਕੰਡ ਡੋਜ਼ ਥੋੜੀ ਡਿਲੇ ਹੋ ਗਈ ਸੀ ਤ ਤੀਸਰੇ ਮਹੀਨੇ ਤਿੰਨ ਤੋਂ ਚਾਰ ਮਹੀਨੇ ਤੇ ਲਗਾਈ ਜਾ ਸਕਦੀ ਹੈ ਤਾਂ ਕੁਝ ਸੈਕੰਡ ਡੋਜ਼ ਵਾਲੇ ਬਚਦੇ ਨੇ ਆਦਰਵਾਇਜ਼ ਫਰੰਟਲਾਈਨ ਵਰਕਰ ਹੈਲਥ케ਅਰ 90% ਤੋਂ ਉੱਪਰ ਲਵਾ ਚੁੱਕੇ ਨੇ ਕਈਆਂ ਦੇ ਕੋਈ ਇਸ਼ੂਸ ਹੋਣਗੇ ਲੇਡੀ ਯੰਗਸਟਰਸ ਜਿਵੇਂ ਜੰਗ ਏਮਪਲੋਇਜ਼ ਐ ਕੋਈ ਪ੍ਰੈਗਨੈਂਟ ਐ ਯੰਗ ਇਸ ਇਸ਼ੂ ਕਰਕੇ ਨਹੀਂ ਲਵਾਣਾ ਚਾਹੁੰਦੇ ਉਹ ਐਸੇ ਹੀ ਕੁਝ ਇੱਕ ਦੁੱਕੇ ਹੋਣਗੇ ਪਰ ਜ਼ਿਆਦਾਤਰ ਲੋਕਾਂ ਨੇ ਲਗਵਾ ਲਈ ਐ ਮੈਮ ਪ੍ਰੋ ਪੰਜਾਬ ਨੂੰ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਐਸਿਕ ਡਾਇਰੈਕਟਰ ਹੈਲਥ ਸਰਫੀਸਸ ਚੰਡੀਗੜ੍ਹ ਦੇ ਡਾਕਟਰ ਅਮਨਦੀਪ ਕੌਰ ਕੰਗ ਮੈਮ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਹਜੇ ਸੰਕਟ ਟਲਿਆ ਨਹੀਂ ਐ ਸਰਕਾਰ ਵੈਕਸੀਨੇਸ਼ਨ ਕ੍ਰਾਂ ਚੰਡੀਗੜ੍ਹ ਤੋਂ ਕੈਮਰਾਮੈਨ ਕਮਲਜੀਤ ਦੇ ਨਾਲ ਮੈਂ ਸ਼ੁਕਰਮੰਤ ਢਾਲੀਵਾ